ترجمة
I'm
بغداد دے تمال جدو پائیے وچ بغداد دے تمال جدو پائیے تانگے تاندی بیرے تی خدا دے نال لائیے رنگ نام والا دلانو چڑھاوے پیرا تیرے عہدے دے وچوں علی علی دی آواز پئی آوے پیرا تیرے عہدے دے وچوں علی علی دی آواز پئی آوے پیرا تیرے عہدے دے وچوں کتھوں پار لب یار دی ادا Oh, I'm in
We'll be right back.
I
ترجمة
ਮੇਰੇ
Thank you.
ترجمة
آيا چودھری دا چند نی بدایا کر آیا ولكن يجب ان
ਧਿਆਨ ਕਰਕੇ ਜਪੋ ਜੀ ਦਾ ਪ੍ਰਣਾਮ ਸ੍ਰੀ ਵਾਹਿਗੁਰੂ ਧੰਨ ਧੰਨ ਪ੍ਰਭੂ ਮਹਾਰਾਜ Thank you.
Thank you.
ਜਨਮ ਤੇ ਮਾਦੋ ਬਹੁਤ ਜਨਮ ਵਿਚਰੇ ਤੇ ਮਾਦੋ ਜਨਮ ਵਿਚਰੇ ਤੇ ਮਾਦੋ ਬਹੁਤ ਜਨਮ ਵਿਚਰੇ ਤੇ ਮਾਦੋ ਜਨਮ ਸਮਾਰੇ ਲਿਖੇ ਆ ਸਤਿਗੁਰਾਂ ਨੇ ਆਉਣਾ ਏ ਪਹਿਰੇ
I'm going to
Thank you.
I'm not afraid to die.
ਸਤਨਾਮ 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 ਜੀ ਬਾਣੀ ਸ਼੍ਰੀ ਰਵਿਦਾਸ ਜੀ ਹੋ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਟਕ ਜਲ ਤਰੰਗ ਜੈਸਾ ਜੋ ਪੈ ਹਮਨਾ ਪਾਵ ਕਰੰਤਾ ਹੈ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਰਹਾਉ ਤੁਮਿਓ ਨਾਇ ਕੇ ਅਜੁ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ ਸਰੀਰ ਅਰਾਧੇ ਮੂਹ ਵਿਚਾਰ ਦੇਹੋ ਰਵਿਦਾਸ ਸਮਝਲ ਸਮਝਾਵੇ ਕਹੋ ਜਪੋ ਜੀ ਸਤਨਾਮ 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 ਜੀ ਹਰ 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 ਹਰੇ ਹਰ ਸਿਮਰਤ ਜਾਗਿਆ ਨਿਸਤੰਤਰੇ ਰਹਾਉ ਹਰ ਕੇ ਨਾਮ ਕਬੀਰ ਜਾਗਰ ਜਨ ਜਨ ਤੇ ਕਾਟੇ ਕਾਗਰ ਨਿਮੰਤ ਨਾਮ ਦੇਵ ਦੂਰ ਪੇ ਆਇਆ ਤਉ ਜਗ ਜਨਮ ਸੰਗਤ ਨਹੀਂ ਆਇਆ ਜਨ ਰਵਿਦਾਸ ਰਾਮ ਰੰਗ ਰਾਤਾ ਤਿਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਜਪੋ ਜੀ ਸਤਨਾਮ 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 ਜੀ ਸੁਖ ਸਾਗਰ ਸਰਦਾ ਚਿੰਤਾ ਮਨ ਕਾਮ ਤੇਨ ਮਨ ਜਾਗੇ ਚਾਰ ਪਦਾਰਥ ਆਸ਼ਿਤ ਤਤ ਨਾ ਜਚਾ ਕਰ ਤਾਕੇ ਹਰ 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 ਨ ਜਤ ਰਚਨਾ ਅਮਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਾ ਖਿਆਲ ਪ੍ਰਾਣ ਵੇਦ ਕਲਤੀ ਅਚਰਮਾਏ ਵਿਆਦ ਜਾਗੇ ਪਰਮਾਤਮਾ ਰਾਮ ਨਾਮ ਕਰਨਾਏ ਸਹਿਜ ਸੁਮਾਹ ਦੇ ਉਪਾਹ ਰਹਿ ਕੁਣ ਵੱਡੇ ਪਾਗ ਨੇ ਲਾਗੀ ਕਹੋ ਰਵਿਦਾਸ ਪ੍ਰਕਾਸ਼ ਰਿਤੇ ਧਰ ਜਨਮ ਮਰਨ ਪੈ ਭਾਗੀ ਜਪੋ ਜੀ ਸਤਨਾਮ 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 ਜੀ ਐਸੀ ਲਾਲ ਦੁੱਧ ਵੇ ਕੌਣ ਕਰੈ ਗਰੀਬ ਰਿਵਾਜ ਸੰਯਮ ਮੱਥੇ ਜਿਤ ਕਰੇ ਰਹਾਉ ਜਾ ਕੀ ਛੋ ਜਨ ਕੋ ਲਾਗੈ ਤਾ ਪਰ ਕੋਈ ਧਰੈ ਨਹੀਂ ਚੋਰ ਕਰੇ ਮੇਰਾ ਗੋਬਿੰਦ ਕਾਹੂ ਦੇ ਨਨ ਰਹਿ ਨਾਮ ਦੇਵ ਕਬੀਰ ਤਰਲੋਚਨ ਸਦਨਾ ਸੈਨ ਤਰੈ ਕਹੋ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਰੈ ਜਪੋ ਜੀ ਸਤਨਾਮ 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 ਜੀ ਪ੍ਰਿਤਮ ਭਗਵਤੀ ਸਿਮਰੀ ਹੈ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਗਦ ਗੁਰਤੀ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅੱਜ ਨਿਹਾਲ ਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਅੰਗਦ ਧਿਆਈਆ ਜਸ ਜਿੱਠੈ ਸਭ ਦੁਖ ਜਾਏ ਸੇਵ ਆਦਿ ਸਿਮਰਿਆ ਕਰ ਨੋਨ ਜਾਵੇ ਤਾਂ ਆਏ ਸਭ ਖਾਏ ਹੁਣ ਦੀ ਸਹਾਇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਖਾਏ ਹੁਣ ਦੀ ਸਹਾਇ ਜਗ ਗੁਰੂ ਸਤਿਗੁਰੂ ਦਾਸ ਮਹਾਰਾਜ ਸਭ ਖਾਏ ਹੁਣ ਦੀ ਸਹਾਇ ਧੰਨ 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 ਰੁੱਖ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਧੰਨ 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 ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਾ ਧਿਆਨ ਕਰਕੇ ਜਪੋ ਜੀ ਸਤਨਾਮ 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 ਜੀ ਜਗਤ ਗੁਰੂ ਜਗਤ ਦਾ ਸਹਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਤਿਗੁਰੂ ਨਾਮਦੇਵ ਜੀ ਸਤਿਗੁਰੂ ਕਬੀਰ ਜੀ ਸਤਿਗੁਰੂ ਸਤਨਾਮ ਜੀ ਸਤਿਗੁਰੂ ਸੈਨ ਜੀ ਸਤਿਗੁਰੂ ਹਰੀ ਜੀ ਸਤਿਗੁਰੂ ਤਿਰੋਦਰ ਜੀ ਸਤਿਗੁਰੂ ਰਾਮਾਨੰਦ ਜੀ ਸਤਿਗੁਰੂ ਪਰਮਾਨੰਦ ਜੀ ਸਤਿਗੁਰੂ ਬੇਣੀ ਜੀ ਸਤਿਗੁਰੂ ਜੈਦੇਵ ਜੀ ਸਤਿਗੁਰੂ ਭੀਖਣ ਜੀ ਸਤਿਗੁਰੂ ਸੂਰਦਾਸ ਸਤਿਗੁਰੂ ਧੰਨਾ ਜੀ ਸਤਿਗੁਰੂ ਮੀਰਾ ਜੀ ਸਤਿਗੁਰੂ ਝਾਲਾ ਜੀ ਸਤਿਗੁਰੂ ਰੰਗਾ ਜੀ ਸਤਿਗੁਰੂ ਬੰਕਾ ਜੀ ਸਤਿਗੁਰੂ ਬਾਲਮੀਰ ਜੀ ਮਹਾਰਾਜ ਰਵਿਦਾਸੀਆ ਕੌਮ ਦੇ ਮਹਾਨ ਅਮਰ ਜੀ ਦੇ ਸੰਤ ਰਾਮਾਨੰਦ ਜੀ ਮਹਾਰਾਜ ਸਮੂਹ ਸਾਧਵਾ ਪੁਰਸ਼ੋ ਕੇ ਸ੍ਰੀ ਚੰਦ ਕਮਲੋ ਦਾ ਧਿਆਨ ਕਰਕੇ ਜਪੋ ਜੀ ਸਤਨਾਮ 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 ਜੀ ਜਗਤ ਗੁਰੂ ਜਗਤ ਪਿਤਾ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਪ੍ਰਕਾਸ਼ ਅਸਥਾਨ ਦੇ ਗੁਆਲੇ ਪ੍ਰਕਾਸ਼ੀ ਵਿਖੇ ਚਰਨ ਚੁ ਪ੍ਰਾਪਤ ਕਰਦੀ ਕੁਰਾਲਗੜ ਬਿਨੂਪੁਰਾ ਹਰਦੁਆਰ ਡੇਰਾ ਸੱਚਣ ਬੱਲਾ ਸਮੂਹ ਗੁਰ ਧਾਮੋ ਕੇ ਦਰਸ਼ਨ ਦਾ ਧਿਆਨ ਕਰਕੇ ਜਪੋ ਜੀ ਸਤਨਾਮ 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 ਜੀ ਹਮ ਸਰ ਦੀਨ ਦਿਆਲ ਗੁਰੂ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੂਰ ਮਨ ਮਨ ਜਨ ਕੋ ਪੂਰਨ ਬੀਜੈ ਹੋਂ ਬਲ ਬਲ ਜਾਉ ਰਮਈਆ ਕਾਰਨੀ ਕਾਰਨ ਕਮਲ ਅਬੋ ਰਹਾਉ ਬਹੁਤ ਜਨਮ ਪਿਛਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਓ ਚਿਰ ਪਾਇਓ ਦਰਸ਼ਨ ਦੇਖੈ ਇਹ ਨਿਵਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਦਰ ਸਤਿਗੁਰੂ ਨਿਯੋਕਿਆਂ ਦੀ ਹੋਰ ਸਤਿਗੁਰੂ ਨਿਆਸਿਆਂ ਦੇ ਆਸਾ ਸਤਿਗੁਰੂ ਨਘਰਿਆਂ ਦੇ ਘਰ ਸਤਿਗੁਰੂ ਨਿਧਰਿਆਂ ਦੀ ਤਿਰ ਸਤਿਗੁਰੂ ਧੰਨ 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 ਸਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਧੰਨ 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 ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਧੰਨ 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 ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਧਣੀ ਹੈ ਪਾਤਸ਼ਾਹ ਜੀਓ ਆਪ ਜੀ ਦੀ ਬੜੀ ਮਹਾਨ ਅਪਾਰ ਕਿਰਪਾ ਬਖਸ਼ਿਸ਼ ਹੋਈ ਸਮੂਹ ਨਗਰ ਖੇੜਾ ਸਰਬੱਤ ਮਾਈ ਭਾਈ ਆਪ ਜੀ ਦੇ ਚਰਨਾਂ ਦਾ ਓਟ ਤੇ ਆਸਰਾ ਲੈਂਦਿਆਂ ਹੋਇਆ 1433 ਈ ਮਾਘ ਸੁਦੀ ਪੰਦਰਾਤ ਦੁਖੀਓ ਕੇ ਕਲਿਆਣ ਹਿੱਤ
ਮਾਰਗਟੇ ਗੁਰੂ ਰਵਿਦਾਸ ਜੀ ਦੇ ਮਹਾਂਵਾਕਾ ਅਨੁਸਾਰ ਜਗਤ ਗੁਰੂ ਜਗਤ ਪਿਤਾ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ ਤੇ ਪਵਿੱਤਰ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਨਗਰ ਖੇੜੇ ਦੀਆਂ ਸੰਗਤਾਂ ਪਾਤਸ਼ਾਹ ਜੀ ਉਹ ਅੰਮ੍ਰਿਤ ਵੇਲੇ ਤੋਂ ਉੱਠ ਕਰਕੇ ਆਪ ਜੀ ਦੇ ਦਰ ਘਰ ਹਾਜ਼ਰੀਆਂ ਭਰਦੀਆਂ ਹੋਈਆਂ ਨਗਰ ਦੀ ਪ੍ਰਕਰਮਾ ਕਰਦੀਆਂ ਹੋਈਆਂ ਸ਼ਬਦ ਬਾਣੀ ਪੜ੍ਹਦਿਆਂ ਹੋਇਆਂ ਸ਼ਬਦ ਜੋਗੀ ਕਰਦਿਆਂ ਹੋਇਆਂ ਆਣ ਆਪ ਜੀ ਦੇ ਦਰ ਘਰ ਹਾਜ਼ਰ ਹੋਈਆਂ ਹਨ ਪਾਤਸ਼ਾਹ ਜੀ ਆਪ ਕਿਰਪਾ ਕਰੋ ਸਾਰੀ ਹੀ ਸੰਗਤ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਆਪਣੇ ਦਰ ਘਰ ਪ੍ਰਵਾਨ ਕਰੋ ਪਾਤਸ਼ਾਹ ਜੀ ਸਾਰੀ ਸੰਗਤ ਦਾ ਚੱਲਿਆ ਗਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਜੋ ਜੋ ਸੰਗਤਾਂ ਜੋ ਜੋ ਪਟਾਵਾਂ ਲੈ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਈਆਂ ਆਪ ਜੀ ਨੇ ਕਿਰਪਾ ਕਰਨੀ ਸਾਰੀਆਂ ਸੰਗਤਾਂ ਦੀਆਂ ਸਾਰੀਆਂ ਪਟਾਵਾਂ ਨੂੰ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨਾ ਪਾਤਸ਼ਾਹ ਜੀ ਉਹ ਅੱਜ ਛੇਵੇਂ ਦਿਨ ਦੀਆਂ ਪ੍ਰਭਾਤ ਪੀੜੀਆਂ ਪਾਤਸ਼ਾਹ ਜੀ ਉਹ ਸਮਾਪਤ ਹੋ ਰਹੀਆਂ ਹਨ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋੜੀ ਹੈ ਪਾਤਸ਼ਾਹ ਜੀ ਉਹ ਅੱਜ ਛੇਵੇਂ ਦਿਨ ਦੀਆਂ ਪ੍ਰਭਾਤ ਪੀੜੀਆਂ ਦੇ ਅੰਦਰ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਪਾਤਸ਼ਾਹ ਜੀ ਉਹ ਸ਼੍ਰੀਮਾਨ ਸਵਰਗਵਾਸੀ ਸ਼੍ਰੀ ਪ੍ਰਕਾਸ਼ ਰਾਮ ਜੀ ਦੀ ਬਾਗ ਫੁਲਵਾੜੀ ਉਹਨਾਂ ਦੇ ਪੁੱਤਰ ਸ਼੍ਰੀ ਭੂਸ਼ਣ ਪਾਲ ਜੀ ਅਤੇ ਉਹਨਾਂ ਦੀ ਧਰਮ ਪਤਨੀ ਅਨੀਤਾ ਰਾਣੀ ਜੀ ਪਾਤਸ਼ਾਹ ਜੀ ਉਹਨਾਂ ਵੱਲੋਂ ਆਪਣੀ ਬੱਚੀ ਮਨਪ੍ਰੀਤ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆ ਪਾਤਸ਼ਾਹ ਜੀ ਉਹ ਅੱਜ ਦੁਰਗਾ ਮੰਦਰ ਗੁੱਜੇਵਾਲ ਵਿਖੇ ਪਾਤਸ਼ਾਹ ਜੀ ਉਹ ਪ੍ਰਭਾਤ ਫੇਰੀ ਵਿੱਚ ਸੰਗਤ ਹੋਏ ਸਰਬੱਤ ਸਾਧ ਸੰਗਤ ਨੂੰ ਸ਼ਾਮਲ ਹੋਏ ਸਰਬੱਤ ਸਾਧ ਸੰਗਤ ਨੂੰ ਚਾਹ ਪਕੌੜੇ ਔਰ ਮਠਿਆਈਆਂ ਦੇ ਲੰਗਰ ਛਕਾਏ ਗਏ ਹਨ ਪਾਤਸ਼ਾਹ ਜੀ ਉਹ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਗਏ ਹਨ ਆਪ ਜੀ ਨੇ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਦੇ ਵਿੱਚ ਪਰਦੇ ਕੱਢੀ ਰੱਖਣੇ ਪਾਤਸ਼ਾਹ ਜੀ ਉਹ ਗੁਰਮੁਖ ਪਰਿਵਾਰ ਵੱਲੋਂ ਜਿੱਥੇ ਮਾਇਆ ਖਰਚ ਕਰਕੇ ਪਾਤਸ਼ਾਹ ਜੀ ਉਹ ਚਾਹ ਮਠਿਆਈਆਂ ਦੇ ਲੰਗਰ ਹਾਜ਼ਰ ਕੀਤੇ ਗਏ ਗੁਰਮੁਖ ਪਰਿਵਾਰ ਦੇ ਵੱਲੋਂ 1100 ਦਵੜਾ ਗੁਰੂ ਦੇ ਕਾਰਜਾਂ ਵਾਸਤੇ ਹਾਜ਼ਰ ਹੋਇਆ ਹੈ ਨਾਲ ਦੀ ਨਾਲ ਗੁੱਡੀ ਮਨਪ੍ਰੀਤ ਕੌਰ ਸਪੁੱਤਰੀ ਸ਼੍ਰੀ ਹੁਸਨ ਪਾਲ ਜੀ ਵੱਲੋਂ 500 ਦਵੜਾ ਹਾਜ਼ਰ ਹੋਇਆ ਹੈ ਸ਼੍ਰੀ ਹਰੀਸ਼ ਕੁਮਾਰ ਜੀ ਪੋਤਰੇ ਮਾਤਾ ਜਗਦੀਸ਼ ਕੌਰ ਜੀ ਇੰਗਲੈਂਡ ਤੋਂ 1000 ਰੁਪਇਆ ਨਿੱਕੀ ਦੇ ਨਾਮ 'ਤੇ ਇੰਗਲੈਂਡ ਤੋਂ 1000 ਰੁਪਇਆ ਅਰਜਨ ਦੇ ਨਾਮ 'ਤੇ ਇੰਗਲੈਂਡ ਤੋਂ 500 ਰੁਪਇਆ ਕੁਲਦੀਪ ਦੇ ਨਾਮ 'ਤੇ ਇੰਗਲੈਂਡ ਤੋਂ 500 ਰੁਪਇਆ ਸੇਵਾ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਹਾਜ਼ਰ ਹੋਈ ਹੈ ਆਪ ਜੀ ਨੇ ਮਾਇਆ ਨੂੰ ਸਭਰਿਆ ਕਰਨਾ ਜਿਹੜਾ ਖਜ਼ਾਨਿਆਂ ਵਿੱਚੋਂ ਮਾਇਆ ਆਈ ਹੈ ਪਾਤਸ਼ਾਹ ਜੀ ਸਹੀ ਖਜ਼ਾਨੇ ਭਰਪੂਰ ਕਰਨੇ ਸਤਿਗੁਰੂ ਪਾਤਸ਼ਾਹ ਜੀ ਦੇਸ਼ ਵਿਦੇਸ਼ ਗਿਆ ਬੱਚਿਆਂ ਦੇ ਸਿਰ ਤੇ ਫਿਰ ਪ੍ਰਯਾਸ ਰੱਖਣਾ ਗਿਰਤ ਕਮਾਈਆਂ ਵਿੱਚ ਵਾਧਾ ਕਰਨਾ ਸਮੂਹ ਪਰਿਵਾਰ ਨੂੰ ਦੇਹੀ ਅਰੋਗਤਾ ਤੋਂ ਪਾਤਸ਼ਾਹ ਜੀ ਛੁਟਕਾਰਾ ਦੇਣਾ ਪਾਤਸ਼ਾਹ ਜੀ ਕਿਰਪਾ ਕਰਨੀ ਰਹਿਮਤ ਕਰਨੀ ਦਇਆ ਦ੍ਰਿਸ਼ਟੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਣੀ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਪਾਤਸ਼ਾਹ ਜੀ ਜੋ ਦੂਜੇ ਚਾਹ ਦੇ ਲੰਗਰ ਔਰ ਛੋਲੇ ਕੁੜੀਆਂ ਦੇ ਲੰਗਰ ਗੁਰੂ ਘਰ ਵਿਖੇ ਹਾਜ਼ਰ ਹਨ ਪਾਤਸ਼ਾਹ ਜੀ ਆਪ ਜੀ ਦਾ ਪ੍ਰਮਾਣ ਹੈ 10 8 8 ਟੱਕੇ ਚਾਰੇ ਖਾਣੀ ਅਹਿਵਾਸਣ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇ ਰੁਆਤੀ ਸਤਨਾਮ ਹੈ ਹਰ ਹੋਰ ਤੋਂ ਹਰ ਹੀ ਦੇ ਮਾਂ ਬਾਕਾ ਅਨੁਸਾਰ ਪਾਤਸ਼ਾਹ ਜੀ ਛੋਲੇ ਕੁੜੀਆਂ ਦਾ ਲੰਗਰ ਸਾਡੀ ਕੇ ਹਾਜ਼ਰ ਹੈ ਚਾਹ ਦੇ ਲੰਗਰ ਹਾਜ਼ਰ ਹਨ ਆਪ ਜੀ ਨੇ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨੇ ਸਰਦਾਰ ਸਵਰਗਵਾਸੀ ਸਰਦਾਰ ਗੁਰਦੇਵ ਸਿੰਘ ਜੀ ਦੀ ਬਾਗ ਫੁਲਵਾੜੀ ਮਾਤਾ ਗੁਰਦੇਵ ਕੌਰ ਜੀ ਦੀ ਬਾਗ ਫੁਲਵਾੜੀ ਪਾਤਸ਼ਾਹ ਜੀ ਸ਼੍ਰੀਮਾਨ ਸ਼੍ਰੀ ਰੇਸ਼ਮ ਲਾਲ ਜੀ ਉਹਨਾਂ ਦੇ ਸਪੁੱਤਰ ਸ਼੍ਰੀ ਜਸਵਿੰਦਰ ਕੁਮਾਰ ਜੀ ਦੇ ਧਰਮ ਪਤਨੀ ਕਿਰਨ ਉਹਨਾਂ ਵੱਲੋਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਪੁੱਤਰ ਸਹਿਜ ਕੁਮਾਰ ਉਹਨਾਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆ ਪਾਤਸ਼ਾਹ ਜੀ ਜਿੱਥੇ ਗੁਰੂ ਘਰ ਵਿਖੇ ਚਾਹ ਮਠਿਆਈਆਂ ਦੇ ਔਰ ਛੋਲੇ ਪੂਰੀਆਂ ਦੇ ਲੰਗਰ ਲਗਾਏ ਗਏ ਆ ਰਹੇ ਹਨ ਨਾਲ ਦੀ ਨਾਲ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਵੱਲੋਂ 2100 ਦਵੜਾ ਗੁਰੂ ਦੇ ਕਾਰਜਾਂ ਵਾਸਤੇ ਗੁਰੂ ਦੇ ਲੰਗਰਾਂ ਵਾਸਤੇ ਹਾਜ਼ਰ ਕੀਤਾ ਹੈ ਪਾਤਸ਼ਾਹ ਜੀ ਉਹ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਖਰਚ ਕੀਤੀ ਗਈ ਹੈ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਹਾਜ਼ਰ ਕੀਤੀ ਗਈ ਹੈ ਆਪ ਜੀ ਨੇ ਸਹੀ ਖਜ਼ਾਨੇ ਭਰਪੂਰ ਕਰਨੇ ਸੇਵਕਾਂ ਦੀਆਂ ਭਾਵਨਾਵਾਂ ਨੂੰ ਸਮਝ ਲਿਆ ਹੋਇਆ ਆਪਣੇ ਸੇਵਕਾਂ ਦੀਆਂ ਪਵਿੱਤਰ ਮਨੋਕਾਮਨਾਵਾਂ ਨੂੰ ਪੂਰਨ ਕਰਨਾ ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ਿਸ਼ ਕਰਨੀਆਂ ਦੇਸ਼ ਵਿਦੇਸ਼ ਦੀਆਂ ਬੱਚਿਆਂ ਦੇ ਸਿਰ ਤੇ ਦਿਨ ਪ੍ਰਯਾਸ ਰੱਖਣਾ ਕਿਰਤ ਕਮਾਈਆਂ ਵਿੱਚ ਬਰਕਤ ਵਾਧਾ ਕਰਨਾ ਸਮੂਹ ਪਰਿਵਾਰ ਨੂੰ ਦੇਹੀ ਅਰੋਗਤਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ ਇਸੇ ਹੀ ਤਰ੍ਹਾਂ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਸਵਰਗਵਾਸੀ ਸ਼੍ਰੀ ਗਿਆਨ ਚੰਦ ਜੀ ਦੀ ਬਾਗ ਪਰਿਵਾਰੀ ਉਹਨਾਂ ਦੇ ਸਪੁੱਤਰ ਸ਼੍ਰੀ ਅਮਰਜੀਤ ਕਰੜਾ ਜੀ ਦੇ ਸਮੂਹ ਪਰਿਵਾਰ ਵੱਲੋਂ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਤੱਕਦਿਆਂ ਹੋਇਆ ਪਾਤਸ਼ਾਹ ਜੀਓ ਸੰਗਤਾਂ ਨੇ ਉਹਨਾਂ ਦੇ ਗ੍ਰਹਿ ਵਿਖੇ
ਸਤਿਗੁਰੂ ਪਾਤਸ਼ਾਹ ਜੀ ਚਾਰ ਪਾਏ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਮਠਿਆਈਆਂ ਦੇ ਲੰਗਰ ਹਾਜ਼ਰ ਕੀਤੇ ਗਏ। 51 ਸੌ ਦਮੜਾ ਗੁਰੂ ਕੇ ਕਾਰਜਾਂ ਵਾਸਤੇ ਗੁਰੂ ਕੇ ਲੰਗਰਾਂ ਵਾਸਤੇ ਹਾਜ਼ਰ ਕੀਤਾ ਗਿਆ ਹੈ। ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ, ਹਾਜ਼ਰ ਹੋਈ ਮਾਇਆ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦੁੱਖ ਦਲਿੱਦਰ ਕਾਮ ਕ੍ਰੋਧ ਲੋਭ ਮੋਹੰਕਾਰ ਚੁਗਲੀ ਨਿੰਦਿਆ ਈਰਖਾ ਤੋਂ ਬਚਾਈ ਰੱਖਣਾ, ਦੇਸ਼ ਵਿਦੇਸ਼ ਦੀਆਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਿਰਤ ਕਮਾਈਆਂ ਵਿੱਚ ਵਰਗਤ ਵਾਧਾ ਕਰਨਾ, ਦਿਨ ਦੁੱਗਣੀ ਰਾਤ ਚੁਗਣੀਆਂ ਤਰੱਕੀਆਂ ਬਖਸ਼ੇ ਜਾਣੀਆਂ। ਪਾਤਸ਼ਾਹ ਜੀਓ ਸਮੂਹ ਨਗਰ ਗੇੜੇ ਦੀਆਂ ਸੰਗਤਾਂ ਵੱਲੋਂ ਪਾਤਸ਼ਾਹ ਜੀ ਆਪ ਜੀ ਦੇ ਦਾਰ ਘਰ ਦੇ ਨਾਲ ਪ੍ਰੀਤੀਆਂ ਦਰਸਾਉਂਦੇ ਹੋਏ ਬੇਅੰਤ 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 ਮਾਇਆ ਦੇ ਨਾਲ ਪਾਤਸ਼ਾਹ ਜੀ ਗੁਰੂ ਘਰ ਨੂੰ ਨਵਾਜਿਆ ਜਾ ਰਿਹਾ ਹੈ। ਆਪ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਿਓ, ਜੋ ਜੋ ਸੰਗਤਾਂ ਜੋ ਜੋ ਮਾਇਆ ਆਪ ਜੀ ਦੇ ਚਰਨਾਂ ਵਿੱਚ ਵੇਟ ਕਰ ਰਹੀਆਂ ਹਨ, ਸਾਰੀਆਂ ਇਹ ਸੰਗਤਾਂ ਦੀਆਂ ਸਤਿਗੁਰੂ ਪਾਤਸ਼ਾਹ ਜੀ ਸੇਵਾਵਾਂ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਿਓ। ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਦਰ ਘਰ ਸੇਵਾਵਾਂ ਕੀਤੀਆਂ ਗਈਆਂ, ਪਾਤਸ਼ਾਹ ਜੀ ਬਾਣੀ ਬੜੀ ਸੁਣੀ ਗਈ ਹੈ, ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਸ਼ਬਦ ਕੀਰਤਨ ਕਰਦਿਆਂ ਏਕ ਨੀ ਅਨੇਕ ਪ੍ਰਕਾਰ ਦੀਆਂ ਸਤਿਗੁਰੂ ਪਾਤਸ਼ਾਹ ਜੀਓ ਤਰੁੱਟੀਆਂ ਹੋ ਜਾਂਦੀਆਂ ਹਨ, ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਨੇ ਸਾਡੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਨਾ, ਆਪ ਜੀ ਨੇ ਆਪਣੀ ਕਿਰਪਾ ਬਣਾਉਣੀ, ਪਾਤਸ਼ਾਹ ਜੀ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸੇਵਾ ਕਰਨ ਦੀ ਬਲ ਬੁੱਧੀ ਤੇ ਸਮਰੱਥਾ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਆਪ ਹੁਣ ਕਿਰਪਾ ਕਰੋ, ਆਪਣੇ ਪਵਿੱਤਰ ਹੁਕਮਨਾਮੇ ਬਖਸ਼ੋ ਜੀ, ਉਪਰੰਤ ਹੁਕਮਨਾਮਿਆਂ ਤੇ ਚੱਲਣ ਦੀ ਬਲ ਬੁੱਧੀ ਤੇ ਸਮਰੱਥਾ ਬਖਸ਼ਿਸ਼ ਕਰਨੀ। ਸਹੀ ਸੱਚਣ ਸੰਤ ਪਿਆਰੇ ਮਿਲ ਰਹੇ ਜਿਨ੍ਹਾਂ ਮਿਲਦਿਆਂ ਆਪ ਜੀ ਦਾ ਨਾਮ ਜਿੱਤੇ ਆਵੇ, ਨਾਮ ਜਿੱਤੇ ਆਪ ਦਾ ਸਦਕਾ ਸਭ ਸੁਖ ਹੋਵੇ, ਗੁਰ ਰਵਿਦਾਸ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ। ਹਰਿ ਸੋ ਹੀਰਾ ਛੱਡ ਕੇ ਹਰਿਆਨ ਕੀ ਆਸ, ਤੇ ਨਰ ਦੋਜ ਜਾਏਂਗੇ ਸਤ ਪਾਕੇ ਰਵਿਦਾਸ, ਐਸਾ ਚਾਹੂੰ ਰਾਜ ਮੈਂ ਤਨ ਤਨ ਹਰ ਨਿਧ
ਇੱਕ ਜ਼ਰੂਰੀ ਬੇਨਤੀ ਜੋ ਕੱਲ ਵੀ ਕੀਤੀ ਸੀ ਤਕਰੀਬਨ ਰੋਜ਼ ਅਸੀਂ ਇਹ ਬੇਨਤੀਆਂ ਕਰਦੇ ਹਾਂ ਕਿ ਜੋ ਥੱਲੇ ਲੰਗਰ ਹਾਲ ਜਾਂ ਥੱਲੇ ਜਿਹੜਾ ਡਿਊਟੀ ਸਾਹਿਬ ਜਿੱਥੋਂ ਆਪਾਂ ਚੱਲ ਕਰਕੇ ਆਉਂਦੇ ਹਾਂ ਉੱਥੇ ਪੱਖਿਆਂ ਦੀ ਸੇਵਾ ਚੱਲ ਰਹੀ ਹੈ ਸੋ ਅਸੀਂ ਕੱਲ ਵੀ ਅਨਾਊਂਸ ਕੀਤਾ ਸੀ ਇੱਕ ਵਾਰ ਫਿਰ ਮੈਂ ਜਿਹੜੀਆਂ ਸੇਵਾਵਾਂ ਸਾਡੇ ਕੋਲ ਆਈਆਂ ਹਨ ਦੁਬਾਰਾ ਫਿਰ ਮੈਂ ਅਨਾਊਂਸ ਕਰ ਦਿੰਦਾ ਹਾਂ ਸ਼੍ਰੀ ਗੌਰਵ ਕੁਮਾਰ ਜੀ ਦੇ ਸਪੁੱਤਰ ਸ਼੍ਰੀ ਨਿੰਦਰ ਪਾਲ ਜੀ 7000 ਰੁਪਇਆ ਇੰਦਰਜੀਤ ਹਿੰਦੀ ਦੇਸਰਾ ਜੀ 500 ਰੁਪਇਆ ਗੁਰਦੀਪ ਸਿੰਘ ਜੀ ਫੌਜੀ ਸਾਹਿਬ 500 ਰੁਪਇਆ ਰੇਂਕੂ ਸਵਰਗਾ ਸ਼੍ਰੀ ਗੁਮਨਨਾਥ ਜੀ 500 ਰੁਪਇਆ ਦਾਸ ਵੱਲੋਂ 1000 ਰੁਪਇਆ ਅਮਰਜੀਤ ਗਿਆਨਚੰਦ ਜੀ 500 ਰੁਪਇਆ ਗੋਤਦਾਨ 5100 ਰੁਪਇਆ ਤੀਰਥ ਰਾਮ ਜੀ ਪ੍ਰਧਾਨ ਸਾਹਿਬ 500 ਰੁਪਇਆ ਗੋਤਦਾਨ 1000 ਰੁਪਇਆ ਇੰਦਰਪਾਲ ਸ਼੍ਰੀ ਸਵਰਗਾ ਜੀ 500 ਰੁਪਇਆ ਸ਼੍ਰੀ ਪ੍ਰੀਤਵੀਰ ਜੀ ਦੇ ਹਰਪ੍ਰੀਤ ਕਰਨਾ ਜੀ ਸਪੁੱਤਰ ਬਲਵਿੰਦਰ ਪਾਲ ਜੀ 3500 ਰੁਪਇਆ ਸੇਵਾ ਪੱਖਿਆਂ ਵਾਸਤੇ ਆਈ ਹੈ ਹੋਰ ਗੋਤਦਾਨ 100 ਰੁਪਇਆ ਸੇਵਾ ਪੱਖਿਆਂ ਵਾਸਤੇ ਆਈ ਹੈ 500 ਰੁਪਇਆ ਹੋਰ ਗੋਤਦਾਨ ਸੇਵਾ ਜਿਹੜੇ ਪੱਖਿਆਂ ਵਾਸਤੇ ਆਈ ਹੈ ਅਸੀਂ ਜਿਹੜਾ ਦਾਨੀ ਸੇਵਾ ਕਰਨ ਦੇ ਬਹੁਤ ਜ਼ਿਆਦਾ ਧੰਨਵਾਦੀ ਹਾਂ ਔਰ ਬਾਕੀ ਸੰਤਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਿਨ੍ਹਾਂ ਨੇ ਉਸ ਪੱਖਿਆਂ ਦੇ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੋਵੇ ਤਾਂ ਕਿਰਪਾ ਕਰਕੇ ਉਹ ਮਾਇਆ ਜਿਹੜੀ ਹੈ ਸਾਡੇ ਕੋਲ ਬਚਾਉਣ ਦੀ ਕਿਰਪਾਲਤਾ ਕਰੋ ਇੱਕ ਬੇਨਤੀ ਅਸੀਂ ਸੰਗਤ ਨੂੰ ਜ਼ਰੂਰ ਕਰਾਂਗੇ ਸਾਧ ਸੰਗਤ ਜੀ ਦੇਖੋ ਜਦੋਂ ਸਵੇਰ ਤੋਂ ਆਪਾਂ ਗੁਰੂ ਘਰ ਤੋਂ ਚੱਲਦੇ ਹਾਂ ਤਾਂ ਰਸਤੇ ਦੇ ਵਿੱਚ ਸੰਗਤਾਂ ਜਿਹੜੀਆਂ ਮਾਇਆ ਹੈ ਉਹ ਸਾਨੂੰ ਭੇਟ ਕਰ ਦਿੰਦੀਆਂ ਹੈ ਗੁਰੂ ਘਰ ਦੇ ਵਿੱਚ ਜੋ ਮਾਇਆ ਭੇਜੀ ਹੁੰਦੀ ਹੈ ਭੇਟ ਕਰ ਦਿੰਦੀਆਂ ਹੈ ਸੋ ਜਾਣੇ ਜਾਣੇ ਵਿੱਚ ਅਗਰ ਗਲਤੀ ਹੋ ਜਾਵੇ ਕਿਸੇ ਦੀ ਮਾਇਆ ਸਾਡੇ ਕੋਲੋਂ ਅਨਾਊਂਸ ਨਾ ਹੋਵੇ ਜਾਂ ਕਿਸੇ ਦਾ ਨਾਂ ਨਾ ਬੋਲਿਆ ਗਿਆ ਹੋਵੇ ਜਾਂ ਨਾਂ ਲਿਖ ਹੋਇਆ ਹੋਵੇ ਤਾਂ ਆਪ ਦੀ ਬੜੀ ਮਿਹਰਬਾਨੀ ਹੋਵੇਗੀ ਕਿ ਤੁਸੀਂ ਸਾਨੂੰ ਯਾਦ ਜ਼ਰੂਰ ਕਰਵਾ ਦਿਓ ਕਿਉਂਕਿ ਦੁਨੀਆਂ ਵਿੱਚ ਪੁੱਛਦੇ ਹਾਂ ਪੈਸਾ ਸੰਗਤ ਵੱਲੋਂ ਬਹੁਤ ਆ ਰਿਹਾ ਹੈ ਤੇ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਹੈ ਕਿਉਂਕਿ ਸਵੇਰੇ ਮੇਰੇ ਰਸਤੇ ਵਿੱਚ ਲਿਖਣ ਦਾ ਵੀ ਟਾਈਮ ਨਹੀਂ ਹੁੰਦਾ ਸੋ ਕੋਸ਼ਿਸ਼ ਕਰਦੇ ਹਾਂ ਕਿ ਹਰ ਇੱਕ ਦਾ ਜਿਹੜਾ ਨਾਮ ਹੈ ਉਹ ਕਾਪੀ ਦੇ ਉੱਪਰ ਦਰਜ ਕੀਤਾ ਜਾਵੇ ਫਿਰ ਵੀ ਇਨਸਾਨ ਹਾਂ ਖੈਰ ਭੁੱਲਣਹਾਰ ਹਾਂ ਇਹ ਗਲਤੀ ਹੋ ਜਾਂਦੀ ਹੈ ਹੋ ਵੀ ਜਾਂਦੀ ਹੈ ਸੋ ਅਸੀਂ ਸੰਗਤ ਕੋਲ ਅਸੀਂ ਪਹਿਲਾਂ ਹੀ ਮਾਫ਼ੀ ਮੰਗ ਲੈਂਦੇ ਹਾਂ ਪਰ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਧ ਸੰਗਤ ਜੀ ਕਿਸੇ ਦਾ ਨਾਂ ਨਾ ਅਨਾਊਂਸ ਹੋਇਆ ਹੋਵੇ ਜਾਂ ਗਲਤ ਅਨਾਊਂਸ ਮਾਇਆ ਹੋ ਗਈ ਹੋਵੇ ਤਾਂ